स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल सीनियर जर्नलिस्ट राजीव भास्कर। भास्कर साहब वेलकम जी, आया। बहुत बहुत शुक्रिया रंधावा जी। भास्कर साहब, सब तो खुशी की खबर करतारपुर साहब का लांघा गुरपुरब मौके खुल गया और पंजाब की समुची कैबिनेट 18 तरीक वाले दिन मत्था टेकन जा रही है। आम श्रद्धा ते आस्था वाले लोग भी उस दिन जाणगे सिखी का जन्म स्थान करतारपुर साहब जिथों किरत की गल तुरी, उत्थों लोग जाके एक शक्ति एक प्रेरणा लैके आउणगे। जिहड़ियां भी धिरां ने दिली एफर्ट्स लाए उन्हां सारिआं नूं वधाई और पंजाबी सरजमी एक बारी फिर आस्था दे नजरियों बाबे नानक की धरती वो फिर एक बारी जलौगत होएगी। मैं दूजे नाल ही दी नाल अगली खबर दे वल जाऊंगा कि नवजोत सिंह सिद्धू एक बारी फिर अपना अहुदा ग्रहण कर लेंदे आ, सांभ लेंदे आ। उन्हां कोल फुल्लां दा गुलदस्ता सी, हुण मैं गिणती गुणती करदा सी वी सिद्धू साहब ने किन्नी कु वारी गुलदस्ता लिया, लेकिन जिहड़ी गल उन्हां ने कही ਉਹ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਦੇ ਔਰ ਟਿਕਟ ਦੇ ਦਾਅਵੇਦਾਰਾਂ ਦੇ ਸੀਨੇ ਦੇ ਵਿੱਚ ਛੇਕ ਕਰ ਗਈ। ਉਹ ਕਹਿੰਦੇ ਜੀ ਜ਼ਰੂਰੀ ਨਹੀਂ ਕਿ ਸਿਟਿੰਗ MLA ਨੂੰ ਟਿਕਟ ਦਿੱਤੀ ਜਾਵੇ, ਇੱਕ ਹੜਕੰਪ ਜਿਹਾ ਮੱਚਿਆ। ਪਹਿਲਾਂ ਵੀ ਜਦੋਂ ਸਿੱਧੂ ਸਾਹਿਬ ਬਣੇ ਸੀ ਸ਼ੁਰੂ ਸ਼ੁਰੂ 'ਚ ਉਹਨਾਂ ਨੇ MLA ਨੂੰ ਕਹਿਣਾ ਸ਼ੁਰੂ ਕਰਤਾ ਸੀ ਬਈ ਆਪਣਾ ਧਿਆਨ ਰੱਖੋ, ਸਾਡੇ ਸਰਵੇ ਦੱਸਦੇ ਆ ਤੁਸੀਂ ਜਿੱਤਦੇ ਨਹੀਂ। ਮੈਨੂੰ ਗੈਰ ਰਸਮੀ ਗੱਲਬਾਤ 'ਚ ਕਈ ਵਿਧਾਇਕਾਂ ਨੇ ਇਹ ਗੱਲ ਕੀਤੀ ਸੀ, ਮੈਂ ਸਾਫ਼ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਸਿੱਧੂ ਸਾਹਿਬ ਨੂੰ ਇਹ ਨਹੀਂ ਕਹਿਣਾ ਚਾਹੀਦਾ, ਉਹ ਕਈ ਵਾਰੀ ਟਿਕਟਾਂ ਦੇ ਮਾਮਲੇ 'ਚ ਸਾਡਾ ਦਿਲ ਛੋਟਾ ਕਰ ਦਿੰਦੇ। ਇੱਥੇ ਗੱਲ ਅੱਗੇ ਜਾ ਕੇ ਕਰਾਂਗੇ ਕਿ ਸਿੱਧੂ ਸਾਹਿਬ ਹੁਣ ਕਹਿੰਦੇ ਮੈਨੂੰ ਹਾਈ ਕਮਾਂਡ ਨੇ ਪੰਜਾਬ ਏਜੰਡੇ ਤੇ ਕਲੀਅਰੈਂਸ ਦਿੱਤੀ ਕਿ ਸਿੱਧੂ ਦਾ ਏਜੰਡਾ ਅੱਗੇ ਵਧੂਗਾ, ਤਾਂ ਮਤਲਬ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕਾਂਗਰਸ ਦਾ ਚਿਹਰਾ ਹੋਣਗੇ। ਇਹਦਾ ਮਤਲਬ ਤਾਂ ਇਹ ਵੀ ਲੈਣਾ ਬਣਦਾ ਕਿ ਕਾਂਗਰਸ ਹਾਈ ਕਮਾਂਡ ਨੇ ਮੰਨ ਲਿਆ ਕਿ ਸਿੱਧੂ ਦੀ ਅਗਵਾਈ 'ਚ ਜਾਂ ਸਿੱਧੂ ਦੇ ਏਜੰਡੇ ਤੇ ਕੰਮ ਕੀਤਾ ਜਾ ਸਕਦਾ। ਦੂਜੀ ਗੱਲ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇੱਕ ਵਿਧਾਇਕ ਤੇ ਇਨਕਮ ਟੈਕਸ ਦੀ ਰੇਡ ਹੁੰਦੀ ਆ, ਕੀ ਨਿਕਲਦਾ ਕੀ ਨਹੀਂ ਨਿਕਲਦਾ ਗੱਲ ਵੱਖਰੀ ਆ, ਲੇਕਿਨ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਜਿਹੜੇ ED ਦੀ ਕਸਟੱਡੀ 'ਚ ਹੈਗੇ ਆ ਉਹਨਾਂ ਨੂੰ ਰਿਮਾਂਡ 'ਤੇ ਲਿਆ ਹੋਇਆ, ਤੇ ਜੇ ਸੁਖਬੀਰ ਸਿੰਘ ਬਾਦਲ ਦੇ ਸ਼ਬਦਾਂ 'ਚ ਦੇਖਣਾ ਹੋਵੇ ਤੇ ਇੱਕ ਦਿਨ ਪਹਿਲਾਂ ਉਹ ਲੁਧਿਆਣੇ 'ਚ ਸੀ, ਉਹਨਾਂ ਨੇ ਲੋਕਲ MLA ਕੁਲਦੀਪ ਸਿੰਘ ਵੈਦ ਖਿਲਾਫ਼ ਹਮਲਾ ਬੋਲਿਆ ਸੀ, ਕਰਪਸ਼ਨ ਨੂੰ ਲੈ ਕੇ, ਮਾਈਨਿੰਗ ਨੂੰ ਲੈ ਕੇ, ਮਾਫੀਆਜ਼ ਨੂੰ ਲੈ ਕੇ, ਤੇ ਮਾਫੀਆ ਉਹਨਾਂ ਨੂੰ ਕਿਹਾ ਸੀਗਾ ਵੀ ਇਹ ਤਾਂ 50,000 ਵੀ ਲੈ ਲੈਂਦੇ ਆ। ਅੱਜ ਉਹ ਨਵਾਂ ਸ਼ਹਿਰ 'ਚ ਸੀ, ਨਵਾਂ ਸ਼ਹਿਰ ਵਾਲੇ MLA ਨੂੰ ਉਹਨਾਂ ਨੇ ਜ਼ੋਰਦਾਰ ਆਪਣੇ ਨਿਸ਼ਾਨੇ 'ਤੇ ਲਿਆ। ਹਰ ਤਰ੍ਹਾਂ ਦੇ ਮਾਫੀਆ, ਹਰ ਤਰ੍ਹਾਂ ਦੀ ਗੁੰਡਾਗਰਦੀ ਤੇ ਹਰ ਤਰ੍ਹਾਂ ਨਾਲ ਸਿੱਝ ਲੈਣ ਦੀਆਂ ਗੱਲਾਂ ਕੀਤੀਆਂ। ਹੁਣ ਦੇਖਣ ਵਾਲੀ ਗੱਲ ਆ ਕਿ ਕੀ ਪੰਜਾਬ ਦੇ ਵਿਧਾਇਕ ਜੇ ਇੱਕ ਦੂਜੇ ਦੇ ਨਿਸ਼ਾਨੇ 'ਤੇ ਆਉਂਦੇ ਆ ਤੇ ਮਾਫੀਆ ਬਣ ਕੇ ਆਉਂਦੇ ਆ, ਦਾਲ 'ਚ ਕੁਝ ਕਾਲਾ, ਜਿੱਥੇ ਅੱਗ ਹੁੰਦੀ ਉੱਥੋਂ ਧੂੰਆਂ ਨਿਕਲਦਾ ਆਮ ਤੌਰ 'ਤੇ ਕਿਹਾ ਜਾਂਦਾ। ਜੇ ਸੁਖਬੀਰ ਸਿੰਘ ਮੰਨਦੇ ਆ ਕਿ ਸੱਚਮੁੱਚ ਵਿਧਾਇਕਾਂ ਦੇ ਇੰਜ ਹੋ ਰਿਹਾ, ਤਾਂ ਜਿਹੜੇ ਜਿਨ੍ਹਾਂ 'ਤੇ ਰੇਡ ਹੋਈ ਜਾਂ ਜਿਹੜੇ ਅੰਦਰ ਗਏ ਜਾਂ ਜਿਨ੍ਹਾਂ ਨੂੰ ਸੁਖਬੀਰ ਸਿੰਘ ਕਹਿ ਰਹੇ, ਕੀ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਜਾਂਚ ਕਰਵਾ ਲੈਣੀ ਚਾਹੀਦੀ? ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਸੁਪਰ ਬਾਸ 'ਚ ਇੱਕ ਦੂਜੇ ਨੂੰ ਇਹੋ ਨਿਸ਼ਾਨੇ 'ਤੇ ਲੈਣਗੇ ਤਾਂ ਇਹਦਾ ਮਤਲਬ ਕਿ ਲੋਕਾਂ 'ਚ ਜਿਹੜੀ ਕ੍ਰੈਡੀਬਿਲਟੀ ਮਾਈਨਸ ਹੋਈ ਆਲਰੇਡੀ ਪੋਲੀਟੀਸ਼ੀਅਨਸ ਦੀ, ਉਹਨੂੰ ਹੁਣ ਹੋਰ ਜ਼ਿਆਦਾ ਥਾਂ ਕਰਨ ਦੇ ਵਿੱਚ ਲੋਕਾਂ ਦਾ ਕੋਈ ਯੋਗਦਾਨ ਨਹੀਂ ਹੋਊ। ਸੋਸ਼ਲ ਮੀਡੀਆ 'ਤੇ ਇਲਜ਼ਾਮ ਲਾਉਣੇ ਐਵੇਂ ਫਾਲਤੂ ਦੀ ਗੱਲ ਹੋਊਗੀ। ਮੈਂ ਇਹਦੇ ਨਾਲ ਹੀ ਅੱਗੇ ਵਧਣਾ ਚਾਹੂੰਗਾ ਕਿ ਕੀ ਹੁਣ ਕ੍ਰੈਡਿਟ ਵਾਰ ਵੀ ਹੋਊਗੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ? ਹਰ ਧਿਰ ਇਹ ਕਹੂਗੀ ਕਿ ਇਹ ਤਾਂ ਅਸੀਂ ਕਰਵਾਇਆ ਜੀ, ਸ਼੍ਰੋਮਣੀ ਕਮੇਟੀ ਨੇ ਵੀ ਚਿੱਠੀਆਂ ਲਿਖੀਆਂ, ਸਿੱਧੂ ਸਾਹਿਬ ਮੌਕੇ ਤੇ ਜਾ ਕੇ ਆਏ ਸੀ। ਚੰਨੀ ਸਾਹਿਬ ਕਹਿੰਦੇ ਮੈਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਕਹਿਣ ਤੇ ਖੋਲਤਾ, ਕੈਪਟਨ ਅਮਰਿੰਦਰ ਸਿੰਘ ਵੀ ਧੰਨਵਾਦ ਕਰਦੇ ਪਏ ਆ, ਤੇ ਇਲੈਕਸ਼ਨਸ ਤਾਂ ਹੈ ਹੀ ਹੈ ਨੇ। ਕੀ BJP ਇਹ ਕਹੂਗੀ ਕਿ ਅਸੀਂ ਗਏ ਸੀ ਜੀ ਸਾਰੇ ਰਲ ਕੇ, ਫਿਰ ਸਾਡੇ ਲੀਡਰਾਂ ਨੇ ਸਾਡੀ ਗੱਲ ਮੰਨ ਲਈ, ਅਸੀਂ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ? ਭਾਸਕਰ ਸਾਹਿਬ ਛੱਡ ਦਿਆਂ ਮੈਂ ਸਾਰੀਆਂ ਗੱਲਾਂ ਤੇ ਤੁਹਾਡੇ ਵੱਲ ਆ ਜਾਂਦਾ, ਮੈਨੂੰ ਦੱਸਿਓ ਸਿੱਧੂ ਸਾਹਿਬ ਨੇ ਇੱਕ ਵਾਰੀ ਫਿਰ ਗੁਲਦਸਤਾ ਹੱਥ 'ਚ ਲੈ ਕੇ ਵੜਕ ਮਾਰਤੀ ਆ ਕਿ ਇਸੇ ਮਹੀਨੇ 'ਚ ਤੈਅ ਕਰ ਦਿਆਂਗੇ ਪੰਜਾਬ ਦੀ ਇਲੈਕਸ਼ਨ? ਕੀ ਕਹਿੰਦੇ ਹੋ, ਕਿਸ ਤਰੀਕੇ ਨਾਲ ਤੈਅ ਹੋਊਗੀ? ਬੀਤੇ ਕੱਲ ਤੱਕ ਤੇ ਉਹ ਸਰਕਾਰ ਦੇ ਖਿਲਾਫ ਗੰਡਾਸਾ ਫੜ ਕੇ ਖਲੋਤੇ ਸੀ, ਅਕੇ ਕਿੱਥੋਂ ਕਿੱਥੋਂ ਲਿਆਉਣੇ ਜੇ ਲੋਲੀਪੋਪ ਦਿੰਦੇ ਹੋ, ਲੋਕੋ ਸੋਚ ਸਮਝ ਕੇ ਚੱਲਿਓ। ਕੀ ਕਹਿੰਦੇ ਹੋ, ਸਿੱਧੂ ਸਾਹਿਬ ਬੇੜੀ ਪਾਰ ਲਾ ਦੇਣਗੇ ਕਾਂਗਰਸ ਦੀ? ਕੋਸ਼ਿਸ਼ ਤੇ ਹੈਗੀ ਹੈ ਸਿੱਧੂ ਸਾਹਿਬ ਦੀ ਬੇੜੀ ਪਾਰ ਲਾਉਣ ਦੀ, ਔਰ ਅੱਜ ਜਿਸ ਤਰੀਕੇ ਨਾਲ ਧਮਾਕੇ ਨਾਲ ਉਹਨਾਂ ਨੇ ਆਪਣਾ ਦੁਬਾਰਾ PPCC ਪ੍ਰਧਾਨ ਦਾ ਦਫ਼ਤਰ ਜੁਆਇਨ ਕੀਤਾ, ਔਰ ਜੁਆਇਨ ਕਰਦੇ ਹੀ ਉਹਨਾਂ ਨੇ ਕੁਛ MLAਆਂ ਦੀ ਸਾਹ ਵੀ ਸੁਕਾਤੀ, ਜਦ ਉਹ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਜਿਹੜੇ ਸਿਟਿੰਗ ਵਿਧਾਇਕ ਨੇ ਉਹਨਾਂ ਨੂੰ ਟਿਕਟ ਮਿਲੇਗੀ। ਸਰਵੇ ਹੋ ਰਹੇ ਨੇ, ਸਰਵੇ ਦੀ ਰਿਪੋਰਟ ਦੇ ਹਿਸਾਬ ਨਾਲ, ਮੈਰਿਟ ਦੇ ਹਿਸਾਬ ਨਾਲ ਜਿੱਤੂ ਕੈਂਡੀਡੇਟ ਯਾਨੀ ਜਿੱਤਣ ਵਾਲਾ ਕੈਂਡੀਡੇਟ ਉਹਨੂੰ ਵੋ ਟਿਕਟ ਦਿੱਤੀ ਜਾਏਗੀ। ਇਹ ਗੱਲ ਜਦ ਉਹ ਕਹਿੰਦੇ ਨੇ ਤੇ ਲੱਗਦਾ ਹੈ ਵੀ ਕਿ ਕਾਫੀ ਵਿਧਾਇਕਾਂ ਦੀ ਟਿਕਟ ਘੱਟ ਜਾਏਗੀ, ਕਿਉਂਕਿ ਜਦ ਅਸੀਂ ਗਰਾਊਂਡ 'ਤੇ ਜਿਹੜਾ ਸਰਵੇ ਕਰਦੇ ਹਾਂ ਜਾਂ ਜਿਹੜਾ ਅਸੈਸਮੈਂਟ ਲੈਂਦੇ ਹਾਂ ਉਹਦੇ ਵਿੱਚ ਬਹੁਤ ਸਾਰੇ MLA ਹੈਗੇ ਹੈ ਜਿਹੜੇ ਕਾਂਗਰਸ ਦੇ ਸਿਟਿੰਗ MLA ਹੈਗੇ ਆ, ਉਹ ਆਪਣੀ ਸੀਟਾਂ 'ਤੇ ਸਟਰੋਂਗ ਵਾਕਈ ਨਹੀਂ ਨਜ਼ਰ ਆਉਂਦੇ। ਜੇ ਕੋਈ ਕਾਂਗਰਸ ਦੀ ਲਹਿਰ ਕੋਈ ਚੱਲ ਗਈ ਜਾਂ ਫਿਰ ਸਿੱਧੂ ਉਹਨਾਂ ਨੇ ਕੋਈ ਇੱਦਾਂ ਦੀ ਲਹਿਰ ਬਣਾ ਦਿੱਤੀ
ਤਾਂ ਉਹ ਜਿੱਤ ਸਕਦੇ ਨੇ, ਵਧਾ ਵਰਨਾ ਮੈਰਿਟ ਦੇ ਆਧਾਰ ਨਾਲ ਔਰ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਨਾਲ ਉਹ ਹਜੇ ਜਿੱਤ ਤੋਂ ਕਾਫੀ ਪਰੇ ਲੱਗਦੇ ਨੇ। ਪਰ ਚਲੋ ਸਿੱਧੂ ਉਹਨਾਂ ਨੇ ਇੱਕ ਵਾਰ ਫੇਰ ਕਾਂਗਰਸ ਦੇ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਆਰਗਨਾਈਜੇਸ਼ਨਲ ਸਟਰਕਚਰ ਹੈਗਾ, ਪਾਰਟੀ ਦਾ ਢਾਂਚਾ ਹੈਗਾ, ਉਹ ਵੀ ਇਸ ਮਹੀਨੇ ਦੇ ਅੰਦਰ ਅੰਦਰ ਬਣ ਜਾਏਗਾ ਔਰ ਇਸ ਮਹੀਨੇ ਦੇ ਅੰਦਰ ਅੰਦਰ ਹੀ ਕਾਂਗਰਸ ਦੀ ਤਾਕਤ ਉਹ ਪੰਜਾਬੀਆਂ ਨੂੰ ਦਿਖਾਉਣਗੇ। ਬਹੁਤ ਸਾਰੀ ਗੱਲਾਂ ਹੋਈਆਂ, ਕਰਤਾਰਪੁਰ ਲਾਂਘੇ ਨੂੰ ਲਾ ਕੇ ਵੀ ਗੱਲ ਹੋਈ, ਉਹਨਾਂ ਨੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ। ਇਹ ਵੀ ਬੜੇ ਟਾਈਮ ਬਾਅਦ ਦੇਖਣ ਨੂੰ ਆਇਆ ਕਿ ਕੇਂਦਰ ਸਰਕਾਰ ਨੂੰ ਉਹ ਧੰਨਵਾਦ ਕਰਦੇ ਹੋਏ ਨਜ਼ਰ ਆਏ। ਚੰਗੀ ਗੱਲ ਹੈਗੀ ਕਿਉਂਕਿ ਨਾਨਕ ਨਾਮ ਲੇਵਾ ਸੰਗਤ ਨੂੰ ਜੋ ਕੁਝ ਅੱਜ ਮਿਲਿਆ ਇਹ ਵਾਕਈ ਬਹੁਤ ਸ਼ਲਾਘਾਯੋਗ ਹੈ। ਚਾਹੇ BJP ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੇ, ਚੰਨੀ ਸਾਹਿਬ ਕਰਨ, ਸਿੱਧੂ ਸਾਹਿਬ ਕਰਨ ਜਾਂ ਕੋਈ ਹੋਰ, ਪਰ ਸੰਗਤ ਵਾਸਤੇ ਇਹ ਬਹੁਤ ਚੰਗੀ ਗੱਲ ਹੋਈ ਹੈ ਕਿ ਗੁਰੂ ਨਾਨਕ ਬਰਥਡੇ ਤੋਂ ਪਹਿਲੇ ਇਹ ਕੰਮ ਹੋ ਗਿਆ ਔਰ ਜਿਹੜਾ 19 ਤਰੀਕ ਨੂੰ ਕਾਫੀ ਸੰਗਤ ਉੱਥੇ ਜਾ ਪਾਏਗੀ, 18 ਨੂੰ ਪੂਰੀ ਕੈਬਨਿਟ ਜਾ ਰਹੀ ਹੈ, 17 ਦਾ ਵੀ ਕੁਝ ਲੋਕਾਂ ਦਾ ਪ੍ਰੋਗਰਾਮ ਬਣਿਆ। ਸਿੱਧੂ ਉਹਨਾਂ ਵੀ ਇੱਕ ਨਿਮਾਣੇ ਸਿੱਖ ਬਣ ਕੇ ਆਪਣੀ ਅਰਜ਼ੀ ਪਾਉਣਗੇ ਕਿ ਉਸ, ਕਿਉਂਕਿ ਉਹ ਕੈਬਨਿਟ ਦਾ ਪਾਰਟ ਤੇ ਨਹੀਂ, ਕਿਉਂਕਿ ਚੰਨੀ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਪੰਜਾਬ ਦੀ ਪੂਰੀ ਕੈਬਨਿਟ ਜਾਏਗੀ। ਸਿੱਧੂ ਉਹਨਾਂ ਦਾ ਨਾਂ ਉਹ ਭੁੱਲ ਗਏ, ਪੰਜਾਬ ਪ੍ਰਧਾਨ ਦਾ ਨਾਂ ਉਹ ਆਪਣੇ ਭੁੱਲ ਗਏ ਅਤੇ ਉਹ ਕਹਿੰਦੇ ਮੈਂ ਇੱਕ ਅਰਜ਼ੀ ਜ਼ਰੂਰ ਪਾਊਂਗਾ ਜੇ ਮੈਨੂੰ ਮੌਕਾ ਮਿਲਿਆ ਤਾਂ, ਠੀਕ ਹੈ ਨਹੀਂ ਤਾਂ ਦੂਰਬੀਨ ਤਾਂ ਹੈ ਹੀ, ਦੂਰਬੀਨ ਦੇ ਰਾਹੀਂ ਮੈਂ ਦਰਸ਼ਨ ਕਰੂੰਗਾ। ਪਰ ਚਲੋ ਗੱਲ ਅੱਗੇ ਤੁਰੀ, ਖਾਸ ਕਰਕੇ ਭਾਜਪਾ ਇਸ ਗੱਲ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਕ੍ਰੈਡਿਟ ਬਣਦਾ ਵੀ ਹੈ। ਦੇਖੋ ਜਿਸ ਤਰੀਕੇ ਨਾਲ 3 ਦਿਨ ਤੋਂ ਲਗਾਤਾਰ ਪੰਜਾਬ ਦੇ ਭਾਜਪਾ ਦੇ ਆਗੂਆਂ ਨੇ ਦਿੱਲੀ ਡੇਰਾ ਪਾਇਆ ਹੋਇਆ ਸੀਗਾ, ਕਦੀ ਅਮਿਤ ਸ਼ਾਹ ਵੱਲ, ਕਦੀ ਮੋਦੀ ਸਾਹਿਬ ਵੱਲ ਅਤੇ ਕਦੀ ਨੱਡਾ ਉਹਨਾਂ ਨੂੰ ਅਤੇ ਕਦੀ ਰਾਸ਼ਟਰਪਤੀ ਨੂੰ, ਇਹ ਜਿਹੜੀ ਮੀਟਿੰਗਾਂ ਦਾ ਦੌਰ ਸੀ ਉਹਦੇ ਪਿੱਛੇ ਇੱਕ ਤਾਂ ਕਰਤਾਰਪੁਰ ਲਾਂਘੇ ਦੀ ਤਾਂ ਗੱਲ ਪਹਿਲੇ ਦਿਨ ਹੀ ਬਣ ਗਈ ਸੀ, ਪਰ ਕਿਸਾਨੀ ਅੰਦੋਲਨ ਦਾ ਕੋਈ ਸਲੂਸ਼ਨ ਲੱਭਣਾ ਵੀ ਇੱਕ ਟੀਚਾ ਸੀਗਾ ਇਹਨਾਂ ਮੀਟਿੰਗਾਂ ਦਾ। ਉਹਦੇ ਉੱਤੇ ਕਿੰਨੀ ਕੁ ਗੱਲ ਬਣੀ, ਕਿੰਨੀ ਕੁ ਨਹੀਂ ਬਣੀ, ਇਹ ਹਜੇ ਸਾਹਮਣੇ ਨਹੀਂ ਆਇਆ। ਪਰ ਜਿਸ ਤਰ੍ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਹਿ ਰਹੇ ਸੀਗੇ ਵੀ ਇੱਕ ਮਾਡਲ ਕਾਨੂੰਨ ਦੀ ਗੱਲ ਚੱਲ ਰਹੀ ਹੈ, ਉਸ ਮਾਡਲ ਕਾਨੂੰਨ ਦੀ ਗੱਲ ਦੇ ਉੱਤੇ ਕਿਸਾਨੀ ਆਗੂ ਕਿੰਨੇ ਕੁ ਸਹਿਮਤ ਹੋਏ ਨੇ, ਇਸ ਗੱਲ ਦਾ ਵੀ ਹਜੇ ਖੁਲਾਸਾ ਨਹੀਂ ਹੋਇਆ। ਫਿਲਹਾਲ ਕੱਲ੍ਹ ਸ਼ਾਇਦ 32 ਕਿਸਾਨ ਯੂਨੀਅਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਰਹੀ ਹੈ, ਉਹਦੇ ਵਿੱਚ ਕੋਈ ਫੈਸਲਾ, ਉਹਦੇ ਵਿੱਚ ਕੋਈ ਸਲੂਸ਼ਨ ਨਿਕਲਦਾ ਹੈ ਕਿ ਨਹੀਂ ਨਿਕਲਦਾ ਹੈ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ 26 ਤਰੀਕ ਤੋਂ ਬਾਅਦ ਕਿਸਾਨ ਆਪਣੀ ਐਕਟੀਵਿਟੀ ਬਾਰਡਰਾਂ ਤੇ ਤੇਜ਼ ਕਰ ਦੇਣਗੇ, ਟਰੈਕਟਰ ਰੈਲੀ ਦੀ ਵੀ ਗੱਲ ਕੀਤੀ ਗਈ ਹੈ ਔਰ ਇੱਥੇ ਤੱਕ ਕਿ ਪੰਜਾਬ ਸਰਕਾਰ ਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ ਕਿ ਉਹਨਾਂ ਨੇ ਲਾਲ ਕਿਲੇ ਦੇ ਵਿੱਚ ਕੀਤੀ ਹੋਈ ਹਿੰਸਾ ਦੇ ਜਿਹੜੇ ਕੰਪਨਸੇਸ਼ਨ ਦੇ ਤੌਰ ਤੇ 2-2 ਲੱਖ ਰੁਪਏ ਦੇਣ ਦੀ ਜਿਹੜੀ ਗੱਲ ਕੀਤੀ ਹੈ, ਭਾਜਪਾ ਨੇ ਉਹਨੂੰ ਕ੍ਰਿਟੀਸਾਈਜ਼ ਵੀ ਕੀਤਾ, ਫਿਰ ਗੱਲ ਮੁੜ ਕੇ ਸਿੱਧੂ ਵੱਲ ਆ ਜਾਂਦੀ ਹੈ। ਜੀ ਮੈਂ ਤੁਸੀਂ ਇੱਕ ਬੜੀ ਮੁਹੱਬਤ ਵਾਲੀ ਗੱਲ ਕਰਤੀ ਮੇਰੇ ਕੋਲ, ਜਿਹੜੀ ਮੈਂ ਕੱਲ ਮਾਡਲ ਕਾਨੂੰਨ ਵਾਲੀ ਗੱਲ ਕੀਤੀ ਸੀ ਉਹਦੇ ਤੇ ਕੁਝ ਹੋਰ ਇਨਪੁੱਟ ਸੀ ਮੇਰੇ ਕੋਲ, ਮੇਰੇ ਕੋਲ ਕੁਝ ਜਾਣਕਾਰੀਆਂ ਜਿਹੜੀਆਂ ਬੜੀਆਂ ਪੁਖਤਾ ਨੇ। ਮੇਰੇ ਕੋਲ ਇਹ ਜਾਣਕਾਰੀ ਹੈ ਕਿ ਜਦੋਂ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਤੇ ਉਹਨਾਂ ਦੇ ਨਾਲ ਇੱਕ ਪੂਰਾ ਵਫਦ ਸੀ 2-3-4 ਲੋਕਾਂ ਦਾ ਤੇ ਪ੍ਰਧਾਨ, ਮੈਂ ਜੇ ਗਲਤ ਨਹੀਂ ਤੇ ਇਹ 4 ਅਗਸਤ ਦੇ ਆਸ ਪਾਸ ਦੀ ਗੱਲ ਆ, ਅਗਸਤ ਦੇ ਪਹਿਲੇ ਹਫ਼ਤੇ ਚ, ਚਲੋ ਜੇ ਮੈਂ ਅੰਕੜੇ ਭੁੱਲ ਵੀ ਗਿਆ ਹੋਵਾਂ, ਅਗਸਤ ਦੇ ਪਹਿਲੇ ਹਫ਼ਤੇ ਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨੂੰ ਮਿਲੇ ਸੀ, ਉਹਨਾਂ ਨੇ ਇੱਕ ਪ੍ਰਪੋਜ਼ਲ ਪੇਸ਼ ਕੀਤੀ ਸੀ। ਹੁਣ ਉਹਦੇ ਤੋਂ ਪਹਿਲਾਂ ਉਹਨਾਂ ਦੀ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਕਿ ਨਹੀਂ ਹੋਈ ਮੈਨੂੰ ਨਹੀਂ ਪਤਾ, ਮੈਂ ਕੁਛ ਨੋਟ ਕੀਤੀਆਂ ਚੀਜ਼ਾਂ ਉਹਦੇ ਵਿੱਚ, ਜਿੱਥੇ APMC ਨੂੰ ਲੈ ਕੇ ਸੀਗਾ ਉਹਦੇ 'ਚ 4 ਨੁਕਾਤੀ ਪ੍ਰੋਗਰਾਮ ਸੀਗਾ, 4 ਨੁਕਾਤੀ ਪ੍ਰੋਗਰਾਮ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਝਾਇਆ ਗਿਆ ਸੀਗਾ। ਪਹਿਲੇ ਦੇ ਵਿੱਚ ਜਿਹੜਾ ਮਾਰਕੀਟਿੰਗ ਫੈਸਿਲੀਟੇਸ਼ਨ ਐਕਟ ਸੀਗਾ ਉਹਨੂੰ ਰੱਦ ਕਰਨ ਦੀ ਗੱਲ ਸੀ, APMC ਮੰਡੀਆਂ ਵਾਲਾ ਜਿਹੜਾ ਮਾਮਲਾ ਸੀਗਾ ਉਹ ਉਹਨੂੰ ਪੂਰਾ ਮੁਕੰਮਲ ਇੱਕ ਕਾਨੂੰਨ ਨੂੰ ਰੱਦ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਈ ਸੀ ਮੁੱਖ ਮੰਤਰੀ ਸਾਹਿਬ ਨੂੰ, ਔਰ ਉਹ ਬੜੀ ਤਹੱਮਲ ਨਾਲ ਗੱਲ ਹੋਈ ਸੀ, ਨਿੱਠ ਕੇ ਗੱਲ ਹੋਈ ਸੀ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ। ਤੇ ਦੂਜੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੰਟਰੈਕਟ ਫਾਰਮਿੰਗ ਐਕਟ ਜਿਹੜਾ ਇਹਨੂੰ ਮਾਡਲ ਐਕਟ ਵਜੋਂ ਤਸਲੀਮ ਕਰ ਲਿਆ ਜਾਵੇ, ਵੀ ਜਿਹੜੇ ਰਾਜ ਨੇ ਮੰਨਣਾ ਮੰਨ ਲਏ, ਜਿਹਨੇ ਲਾਗੂ ਕਰਨਾ ਕਰ ਲਏ, ਜਿਹਨੇ ਨਹੀਂ ਕਰਨਾ ਨਹੀਂ ਕਰ ਲਏ। ਤੀਜੀ ਮਾਦੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਵਫਦ ਨਾਲ ਪੇਸ਼ ਕੀਤੀ ਗਈ ਸੀ ਕਿ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਆ, ਜ਼ਰੂਰੀ ਵਸਤਾਂ ਦਾ ਸੋਧ ਕਾਨੂੰਨ ਆ, ਅਮੈਂਡਮੈਂਟ ਐਕਟ ਆ, ਕਿਉਂਕਿ ਇਹ ਤਾਂ ਬਹੁਤ ਪੁਰਾਣਾ ਬਣਿਆ ਹੋਇਆ, ਤੇ ਉਹਨੂੰ ਜਿਹੜਾ ਕਮੇਟੀ ਨੂੰ ਰੈਫਰ ਕਰ ਦਿਓ ਜਿਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਹੋਣ, ਕਿਸਾਨਾਂ ਦੇ ਨੁਮਾਇੰਦੇ ਹੋਣ ਤੇ ਸਟੇਟਾਂ ਦੇ ਨੁਮਾਇੰਦੇ ਹੋਣ, ਸੂਬਿਆਂ ਦੇ। ਇਹ 3 ਨਿਕਾਤੀ ਪ੍ਰੋਗਰਾਮ ਸੀ ਤੇ ਇਹਦੇ ਵਿੱਚ ਚੌਥਾ ਇੱਕ ਜਿਹੜਾ ਜਿਹੜੀ ਮੱਦ ਸੁਝਾਈ ਗਈ ਸੀ ਉਹ ਇਹ ਸੀਗੀ ਕਿ ਜਿਹੜਾ ਡਾਇਵਰਸੀਫਿਕੇਸ਼ਨ ਹੈ, ਕੋਈ ਇੱਕ ਪੈਕੇਜ
ਜਿਹੜੇ ਜਿਹੜੇ ਰਾਜ ਹੈਗੇ ਆ ਜਿਨ੍ਹਾਂ ਨੂੰ ਕਹਿੰਦੇ ਆ ਗ੍ਰੀਨ ਰੈਵੋਲਿਊਸ਼ਨ ਵਾਲੇ ਜਿਹੜਾ ਏਰੀਆਜ਼ ਹੈਗੇ ਆ, ਗ੍ਰੀਨ ਰੈਵੋਲਿਊਸ਼ਨ ਵਾਲਾ ਏਰੀਆ ਉਹਨੂੰ ਹੁਣ ਟੈਕਨੀਕਲੀ ਪਤਾ ਨਹੀਂ ਕੀ ਕਹਿੰਦੇ ਆ, ਕਿ ਉਹਨਾਂ ਲਈ ਇੱਕ ਪੈਕੇਜ ਡਾਇਵਰਸੀਫਿਕੇਸ਼ਨ ਲਈ ਕੋਈ 1 ਲੱਖ ਕਰੋੜ ਦੇ ਕਰੀਬ ਇਹ ਗੱਲ ਹੋਈ ਸੀਗੀ ਕਿ ਇਹ ਦੇ ਦਿਓ। ਅੱਜ ਜਦੋਂ ਭਾਸਕਰ ਸਾਹਿਬ ਉਹਦੇ ਤੇ ਗੱਲ ਹੋ ਰਹੀ ਮਾਡਲ ਕਾਨੂੰਨ ਬਣਾਉਣ ਤੇ ਜਾਂ ਜਿਹੜੀ ਆਪਸ ਵਿੱਚ ਗੱਲਬਾਤ ਕਿਤੇ ਚੱਲੀ ਆ ਜਾਂ ਸਰਕਾਰ ਦੇ ਉੱਤੇ ਕੰਮ ਕਰ ਰਹੀ ਆ, ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਅਗਸਤ ਨੂੰ ਜਿਹੜੀ ਮੁੱਖ ਮੰਤਰੀ ਔਰ ਪ੍ਰਧਾਨ ਮੰਤਰੀ 'ਚ ਮੀਟਿੰਗ ਹੁੰਦੀ ਆ ਉਹਦੇ ਵਾਸਤੇ ਅੱਗੇ ਚੱਲੀ ਸੀ ਗੱਲ। ਹੁਣ ਇਹ ਕਿੱਥੇ ਸਿਰੇ ਲੱਗਦੀ ਹੈ, ਜਿਹ 'ਚ ਕਿਸਾਨ ਜਥੇਬੰਦੀਆਂ ਦੇ ਕਿਹੜੀਆਂ ਜਥੇਬੰਦੀਆਂ ਮੰਨਦੀਆਂ ਨਹੀਂ ਮੰਨਦੀਆਂ, ਕੀ ਹੋ ਰਿਹਾ ਕੀ ਨਹੀਂ, ਮੈਨੂੰ ਨਹੀਂ ਬਿਲਕੁਲ ਪਤਾ ਅੱਜ ਕੱਲ੍ਹ ਕਿੱਥੇ ਆ। ਲੇਕਿਨ ਗੱਲ ਜੇ ਅੱਗੇ ਤੁਰੀ ਹੈ ਤਾਂ ਇਹਨਾਂ ਆਧਾਰਾਂ ਦੇ ਉੱਤੇ ਵੀ ਸ਼ਾਇਦ ਤੁਰੀ ਆ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕਰਨਾ ਔਖਾ ਹੋ ਜਾਊਗਾ। ਮੈਂ ਹੁਣ ਅੱਗੇ ਆਵਾਂ ਕਿ ਜਦੋਂ ਸਿੱਧੂ ਸਾਹਿਬ ਇਹ ਕਹਿੰਦੇ ਆ ਕਿ ਮੇਰੀ ਹਾਈ ਕਮਾਂਡ ਨੇ ਮੈਨੂੰ ਯੈਸ ਕਰਤੀ ਆ, ਮੈਨੂੰ ਇਹ ਕਹਿਤਾ ਕਿ ਤੁਸੀਂ ਆਪਣਾ ਏਜੰਡਾ ਲਾਗੂ ਕਰ ਸਕਦੇ ਹੋ, ਉਹਨੂੰ ਹਰੀ ਝੰਡੀ ਦੇਤੀ ਆ, ਇਹਦਾ ਮਤਲਬ ਸਿੱਧੂ ਸਾਹਿਬ ਨੂੰ ਪੰਜਾਬ ਦੇ ਵਿੱਚ ਹਰੀ ਝੰਡੀ ਮਿਲ ਗਈ 2022 ਲਈ। ਬਿਲਕੁਲ ਤੁਹਾਡੀ ਗੱਲ, ਤੁਸੀਂ ਜਿਹੜੀ ਗੱਲ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ, ਜਦ ਉਹ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਮੇਰੇ ਏਜੰਡੇ ਦੇ ਉੱਤੇ ਕੰਮ ਕਰਨ ਦੇ ਵਾਸਤੇ ਹਾਈਕਮਾਨ ਨੇ ਪ੍ਰਵਾਨ ਕਰਤੀ ਹੈ ਉਹ ਗੱਲ, ਔਰ ਕੁਛ ਦਿਨ ਪਹਿਲੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਆਉਣ ਵਾਲੇ ਟਾਈਮ ਵਿੱਚ ਮੈਨੀਫੈਸਟੋ ਕੋਈ ਬਹੁਤ ਵੱਡਾ ਨਹੀਂ ਹੋਏਗਾ, ਬਸ 13 ਨੁਕਾਤੀ ਪ੍ਰੋਗਰਾਮ ਦੇ ਉੱਤੇ ਹੀ ਮੈਨੀਫੈਸਟੋ ਹੋਏਗਾ। ਇਹ ਹਾਂ ਵਾਲੀ ਗੱਲ ਤੇ ਪਹਿਲੇ ਹੀ ਬਣੀ ਪਈ ਸੀ, ਹੁਣ ਗਾਂਹ ਨੂੰ ਤੁਰਨੀ ਸ਼ੁਰੂ ਹੋਈ ਹੈ, ਔਰ ਅੱਗੇ ਚੱਲ ਕੇ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਤਗੜੇ ਤਰੀਕੇ ਨਾਲ ਸਿੱਧੂ ਔਰ ਚੰਨੀ ਉਹਨਾਂ ਦਾ ਚਿਹਰਾ ਭਾਵੇਂ ਇੱਕ ਜੁਆਇੰਟ ਚਿਹਰੇ ਦੇ ਰੂਪ ਵਿੱਚ ਅੱਗੇ ਜ਼ਰੂਰ ਵਧਣਗੇ, ਪਰ ਜੇ ਸਿੱਧੂ ਉਹਨਾਂ ਜਿੱਤ ਕਾਂਗਰਸ ਨੂੰ ਪ੍ਰਾਪਤ ਕਰਾਉਂਦੇ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਬਣਨ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਚਿਹਰੇ ਜ਼ਰੂਰ ਦੋ ਹੋਣਗੇ, ਦੋ ਚਿਹਰੇ ਕਿਸ ਤਰੀਕੇ ਨਾਲ ਇਕੱਠੇ ਮਿਲ ਕੇ ਅੱਗੇ ਵੱਧਦੇ ਨੇ ਔਰ ਕਿੱਦਾਂ ਇਹਨਾਂ ਦੋਨਾਂ ਚਿਹਰਿਆਂ ਦੇ ਰਾਹੀਂ ਕਾਂਗਰਸ ਨੂੰ ਫਾਇਦਾ ਹੁੰਦਾ ਹੈ ਦੇਖਣ ਵਾਲੀ ਗੱਲ ਤੇ ਹੈ। ਔਰ ਜਿਹੜੀ ਅਗਰ ਗਰਾਊਂਡ ਰਿਐਲਿਟੀ ਦੇਖੋ ਤੇ ਅੱਜ ਦੀ ਡੇਟ ਵਿੱਚ ਕਾਂਗਰਸ ਨੂੰ ਐਜ ਤੇ ਲੱਗ ਰਹੀ ਹੈ, ਕਿਉਂਕਿ ਦੂਜੀ ਪਾਰਟੀਆਂ ਦੇ ਵਿੱਚ ਕੋਈ ਗੱਲ ਹਜੇ ਬਣਦੀ ਨਜ਼ਰ ਨਹੀਂ ਆ ਰਹੀ ਜੀ। ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਇੱਕ ਨੈਰੇਟਿਵ ਸੈੱਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਔਰ ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਹਜੇ ਤੱਕ ਕੋਈ ਨੈਰੇਟਿਵ ਸੈੱਟ ਨਹੀਂ ਹੋ ਪਾਇਆ, ਉਹ ਕੀ ਕਹਿ ਕੇ ਲੋਕਾਂ ਤੋਂ ਵੋਟ ਮੰਗਣਗੇ। ਕਾਂਗਰਸ ਦੀ ਗੱਲ ਕੀਤੀ ਕਰੀ ਜਾਏ ਤੇ 2-4 ਦਿਨਾਂ ਦੇ ਵਿੱਚ ਜਾਂ 1-2 ਮਹੀਨਿਆਂ ਦੇ ਵਿੱਚ ਜਿਹੜੇ ਕੰਮ ਹੋਰ ਕੀਤੇ ਨੇ ਉਹਨਾਂ ਕੰਮਾਂ ਨੂੰ ਅੱਗੇ ਤੋਰਨ ਦੀ ਗੱਲ ਕਰਕੇ ਵੀ ਉਹਨਾਂ ਦਾ ਨੈਰੇਟਿਵ ਸੈੱਟ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੀ 2 ਗਰੰਟੀਆਂ ਤੋਂ ਬਾਅਦ ਬਹੁਤਾ ਕੋਈ ਨੈਰੇਟਿਵ ਸੈੱਟ ਨਹੀਂ ਹੋਇਆ। ਹਾਂ, 3ਜੀ ਗਰੰਟੀ ਦੇ ਨਾਲ 20 ਤਰੀਕ ਨੂੰ ਕੇਜਰੀਵਾਲ ਉਹਨਾਂ ਮੋਗੇ ਆ ਰਹੇ ਨੇ, ਜੇ ਕੋਈ ਇੱਦਾਂ ਦੀ ਗਰੰਟੀ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਗੱਲ ਕੁਛ ਬਣ ਸਕਦੀ ਹੈ। ਪਰ ਫਿਲਹਾਲ ਅਗਰ ਅਸੀਂ ਇਹ ਕਹੀਏ ਕਿ ਕਾਂਗਰਸ ਦੀ ਐਜ ਹੈਗੀ ਹੈ ਤੇ ਇਹਦੇ ਵਿੱਚ ਕੋਈ ਗਲਤੀ ਨਹੀਂ ਹੋਈ। ਭਾਸਕਰ ਸਾਹਿਬ, ਪਿੱਛੋਂ ਕੁਛ ਆਵਾਜ਼ਾਂ ਆ ਰਹੀਆਂ ਨੇ, ਜ਼ਰਾ ਦੇਖਣਾ, ਮੈਂ ਤੁਹਾਡਾ ਮਾਈਕ ਬੰਦ ਕਰ ਰਿਹਾ, ਤੁਸੀਂ ਇੱਕ ਪੱਲੀ ਉਹਨੂੰ ਚੈੱਕ ਕਰ ਲਓ ਕਿੱਥੋਂ ਆਵਾਜ਼ ਆ ਰਹੀ ਹੈ। ਮੈਂ ਦੋਸਤੋ ਬਿਲਕੁਲ ਸਾਫ਼ ਕਰਦੇ ਹਾਂ ਤੁਹਾਨੂੰ, ਇਹ ਕੁਛ ਇੱਕ ਐਸੀਆਂ ਸਿਆਸਤਾਂ ਅੱਗੇ ਵੱਧ ਰਹੀਆਂ ਨੇ ਜਿਨ੍ਹਾਂ ਸਿਆਸਤਾਂ ਨੂੰ ਤੁਸੀਂ ਜੀ ਆਇਆਂ ਨਹੀਂ ਕਹਿ ਸਕਦੇ। ਉਹ MLAs, ਉਹ ਵਿਧਾਇਕ ਜਿਹੜੇ ਚੁਣ ਕੇ ਆਉਂਦੇ ਆ, ਉਹਨਾਂ ਉੱਤੇ ਦੋਸ਼ ਪ੍ਰਤੀਦੋਸ਼ ਦਾ ਸਿਲਸਿਲਾ ਬੜੇ ਵੱਡੇ ਪੱਧਰ ਤੇ ਲੱਗ ਰਿਹਾ। ਕਾਂਗਰਸ ਦੀ ਪੋਲਿਟਿਕਸ ਹੋਵੇ, ਅਕਾਲੀ ਦਲ ਦੀ ਹੋਵੇ, ਆਮ ਆਦਮੀ ਪਾਰਟੀ ਦੀ ਹੋਵੇ, ਸਾਨੂੰ ਕੁਝ ਮਿਆਰ ਤਾਂ ਕਾਇਮ ਰੱਖਣੇ ਪੈਣਗੇ। ਜਿਹੜਾ ਕੋਈ ਵਿਅਕਤੀ ਵਿਸ਼ੇਸ਼ ਕਿਸੇ ਖਾਸ ਖੇਤਰ ਦੇ ਵਿੱਚ ਕੁਝ ਗਲਤ ਕਰ ਰਿਹਾ, ਉਹਦੇ ਖਿਲਾਫ ਸਾਡੇ ਕੋਲ ਏਜੰਸੀਆਂ ਨੇ, ਉਹਦੇ ਖਿਲਾਫ ਸਾਡੇ ਕੋਲ ਕਈ ਤਰ੍ਹਾਂ ਦੇ ਪ੍ਰਾਵਧਾਨ ਨੇ, ਲੇਕਿਨ ਜਿੱਥੇ ਕਿਤੇ ਵੀ ਗਲਤੀ ਦੀ ਗੁੰਜਾਇਸ਼ ਆ, ਤੁਸੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕਰ ਸਕਦੇ ਹੋ। ਭਾਵੇਂ ਅੱਜ ਅਕਾਲੀ ਦਲ ਦੇ ਇੱਕ ਵਿਧਾਇਕ ਦੇ ਖਿਲਾਫ ਰੇਡ ਹੋਈ ਹੈ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਯਾਲੀ ਦੇ ਖਿਲਾਫ ਇਨਕਮ ਟੈਕਸ ਦੀ ਰੇਡ ਹੋਈ ਆ, ਇਹ ਕੋਈ ਬਹੁਤ ਵੱਡੇ ਮਸਲੇ ਨਹੀਂ ਗੇ, ਲੇਕਿਨ ਦੂਜੇ ਬੰਨੇ ਜੇ ਦੇਖਿਆ ਜਾਵੇ ਤਾਂ ਬਹੁਤ ਵੱਡੇ ਮਸਲੇ ਹੈ ਵੀ ਨੇ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਵੀ ਜਿਹੜੇ ਉਹ ਸਵਾਲਾਂ ਦੇ ਘੇਰੇ 'ਚ ਨੇ, ਉਹਨਾਂ ਨੇ ਅਜੇ ਪਾਕ ਸਾਫ ਹੋ ਕੇ ਨਿਕਲਣਾ, ਇਹ ਬੜੀ ਆਸਾਨ ਜੀ ਗੱਲ ਸੀ ਕਿ ਵਿਦੇਸ਼ਾਂ 'ਚੋਂ ਸਾਡੇ NRI ਭਰਾ ਇਲੈਕਸ਼ਨ ਫੰਡ ਦੇ ਰੂਪ 'ਚ ਕਈ ਵਾਰੀ ਪੈਸੇ ਦਿੰਦੇ ਨੇ ਪੋਲੀਟੀਸ਼ੀਅਨਸ ਨੂੰ, ਲੇਕਿਨ ਕੀ ਨਿਯਮਾਂ ਅਨੁਸਾਰ ਉਹ ਪੈਸੇ ਲਿਆਂਦੇ ਜਾ ਸਕਦੇ ਆ ਜਾਂ ਪੈਸੇ ਦਿੱਤੇ ਜਾ ਸਕਦੇ ਆ? ਇਹ ਸਵਾਲ ਜਦੋਂ ਏਜੰਸੀਆਂ ਐਕਟੀਵੇਟ ਹੋ ਜਾਂਦੀਆਂ, ਕਾਰਵਾਈ ਤੇ ਆ ਜਾਂਦੀਆਂ, ਤਾਂ ਫਿਰ ਬਹੁਤ ਸਾਰੇ ਦੱਬੇ ਮੁਰਦੇ ਵੀ ਖੜੇ ਹੋ ਜਾਂਦੇ ਆ। ਦੂਜਾ ਪਹਿਲੂ ਬਹੁਤ ਅਹਿਮ ਆ ਭਾਸਕਰ ਸਾਹਿਬ, ਕਿ ਪੰਜਾਬ ਦੀ ਰਾਜਨੀਤੀ 'ਚ ਦੋਸ਼ ਪ੍ਰਤੀਦੋਸ਼ ਦਾ ਜਿਹੜਾ ਸਿਲਸਿਲਾ ਹੈ, ਕੀ ਇਹਦੇ ਵਿੱਚ ਸੱਚਾਈ ਹੁੰਦੀ ਹੈ? ਤੁਸੀਂ ਕਿਸੇ MLA ਨੂੰ ਕਟਹਿਰੇ 'ਚ ਖੜਾ ਕਰਨ ਲੱਗਿਆ ਇਹ ਵੇਖਦੇ ਹੋ ਇੱਥੇ ਮਾਣ ਹਾਨੀ ਆ, ਤੇ ਦੂਜੇ ਤੀਜੇ ਮਾਮਲੇ ਕਿਉਂ ਦਮ ਤੋੜ ਜਾਂਦੇ ਆ? ਅਸੀਂ ਇੱਕ ਦੂਜੇ ਦੀ ਆਲੋਚਨਾ ਕਿਵੇਂ ਸਵੀਕਾਰ ਕਰ ਜਾਂਦੇ ਹਾਂ ਬਿਨਾਂ ਸਿਰ ਪੈਰ ਦੇ? ਜਿਹੜੇ ਦੋਸ਼ ਨੇ, ਚਲੋ ਖੈਰ ਛੱਡ ਦਿੰਦੇ ਹਾਂ,
आप इस गल नूं नहीं लैंदे। मैनूं हुण दस्सिओ कल सुखबीर सिंह बादल ने जदों श्री अमृतसर साहब दे विच श्रोमणी गुरद्वारा प्रबंधक कमेटी दे 101 साला स्थापना दिवस नूं लैके अपनी तकरीर कीती, बड़ी हैरानी हुई। उन्होंने एक कहा कि मेरिया गलतियां की सजा संस्थावां नूं जां साडियां गलतियां जां किसी व्यक्ति विशेष दीआं गलतियां की सजा संस्थावां नूं नहीं मिलनी चाहीदी। मैं सवाल पूछदा है कि की सचमुच कोई गलतियां हुईयां जिहड़ियां सरदार सुखबीर सिंह नूं पता लगदा है कि उन्हां गलतियां नूं मनना है, उन्हां तों पर्दा क्यों नहीं चकता जांदा? जे सचमुच तुसीं गुरु दे सन्मुख कुछ ऐसी गुनाह जां गलतियां लगदियां तुहानूं जिहड़ियां तुहानूं तकलीफ दिंदियां, तां संगत बख्शणहार आ। गुरु कदे भी किसे नूं सजा नहीं दिंदा। तां मैनूं इंज लगदा कि सुखबीर सिंह बादल दी स्टेटमेंट नूं किवें लवां, मैनूं तां समझ नहीं आ रही, दसो जरा। रंधावा जी, तुसीं तो उही गल कहती कि जिहड़े तुहाडे बिट्टे उहनां हैगे ने कांग्रेस दे, मनजिंदर सिंह बिट्टा होना, एक बार जलंधर सर्किट हाउस दे विच प्रेस कॉन्फ्रेंस करदे सीगे। मेरे उत्ते बड़े गलत इल्जाम लाए ने, बड़े गंदे इल्जाम लाए ने। ते एक पत्रकार शरारती तुहाडे वर्गा सीगा, उहने कहा जी घंटी चोरी का इल्जाम लाया सीगा, ते उह बस उहनां दे मूंह एदां लाल जिहा हो गया, पर कहि कुछ भी नहीं पाए। ਏਦਾਂ ਹੀ ਸੁਖਬੀਰ ਬਾਦਲ ਉਹਨਾਂ ਜਦ ਆਪਣੇ ਗੁਨਾਹਾਂ ਦੀ, ਆਪਣੀ ਗਲਤੀਆਂ ਦੀ ਗੱਲ ਕਰਦੇ ਨੇ, ਗੁਨਾਹ ਤੇ ਗਲਤੀ ਇੱਕ ਦੋ ਤੇ ਲੋਕਾਂ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਸਾਧ ਨੂੰ ਮਾਫ਼ੀ ਦੇਣਾ, ਫਿਰ ਉਸ ਤੋਂ ਬਾਅਦ ਮਾਫ਼ੀ ਵਾਪਸ ਲੈਣਾ, ਫਿਰ ਉਹਦੀ ਫਿਲਮਾਂ ਰਿਲੀਜ਼ ਕਰਨੀਆਂ, ਇਹ ਸਾਰੀ ਗਲਤੀਆਂ ਜਿਹੜੀ ਹੋਈ ਸੀ ਉਸ ਗਲਤੀਆਂ ਦੇ ਨਾਲ ਹੀ ਬੇਅਦਬੀ ਦਾ ਸਿਸਟਮ ਸ਼ੁਰੂ ਹੋਇਆ। ਕਿਉਂਕਿ ਅੱਜ ਬੇਅਦਬੀਆਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੀ ਸੂਈ ਹੈ, ਸਭ ਤੋਂ ਪਹਿਲੇ ਡੇਰੇ ਵੱਲ ਜਾਂਦੀ ਹੈ, ਔਰ ਉਸ ਡੇਰੇ ਦੇ ਸਾਧ ਨੂੰ ਮਾਫ਼ੀ ਦੇਣਾ, ਉਹ ਵੀ ਬਿਨਾਂ ਮਾਫ਼ੀ ਮੰਗੇ। ਯਾਨੀ ਜਿਹੜੀ ਚਿੱਠੀ ਵੀ ਆਈ ਸੀਗੀ ਉਹਦੇ ਵਿੱਚ ਕਿਸੇ ਵੀ ਜਗ੍ਹਾ ਨਹੀਂ ਲਿਖਿਆ ਸੀਗਾ ਕਿ ਮੈਂ ਮਾਫ਼ੀ ਮੰਗਦਾ। ਉਹ ਕਹਿੰਦੇ ਸੀਗੇ ਵੀ ਜੇ ਕਿਤੇ ਮੇਰੇ ਤੋਂ ਗਲਤੀ ਹੋਈ ਹੈ ਤਾਂ ਮੈਨੂੰ ਮਾਫ਼ੀ ਦੇ ਦਿੱਤੀ ਜਾਏ। ਲੇਕਿਨ ਐਸ ਜੀ ਪੀ ਸੀ ਨੇ ਸੁਖਬੀਰ ਉਹਨਾਂ ਦੇ ਹਿਸਾਬ ਨਾਲ, ਔਰ ਤੁਹਾਨੂੰ ਯਾਦ ਹੋਏਗਾ ਇੱਕ ਗਿਆਨੀ ਜੀ ਨੇ ਇਲਜ਼ਾਮ ਵੀ ਲਾਇਆ ਸੀਗਾ ਕਿ ਘਰ ਬੁਲਾ ਕੇ, ਸਰਕਾਰੀ ਕੋਠੀ 'ਤੇ ਬੁਲਾ ਕੇ ਜਥੇਦਾਰਾਂ ਨੂੰ ਇਹ ਮਾਫ਼ੀ ਦਵਾਈ ਦਿੱਤੀ ਗਈ। ਗਿਆਨੀ ਗੁਰਮੁਖ ਸਿੰਘ ਜਿਹੜੇ ਸੀਗੇ ਉਹਨਾਂ ਨੇ, ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀਗੀ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀ ਟਰਾਂਸਫਰ ਹੋ ਜਾਂਦੀ ਆ, ਫਿਰ ਉਹ ਆਪਣੇ ਗੱਲ ਤੋਂ ਮੁੱਕਰ ਵੀ ਜਾਂਦੇ ਆ। ਅਜੇ ਤੱਕ ਉਹ ਜਥੇਦਾਰ ਬਹੁਤ ਭਾਰੀ ਸਿਕਿਉਰਿਟੀ 'ਚ ਵਿਚਰਦੇ ਆ, ਲੋਕਾਂ ਨੇ ਦੁਬਾਰਾ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਅਜੇ ਤੱਕ ਉਹ ਹਕੀਕਤਾਂ ਨਹੀਂ ਸਾਹਮਣੇ ਆਈਆਂ ਕਿ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਮਾਫ਼ੀਆਂ ਹੋਈਆਂ। ਸੱਚਮੁੱਚ ਤੁਸੀਂ ਠੀਕ ਕਹਿ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜੇ ਉਹ ਗੱਲਾਂ ਕਹਿਣੀਆਂ ਨੇ ਜਿਹੜੀਆਂ ਉਹ ਕਹਿਣਾ ਚਾਹ ਰਹੇ ਨੇ, ਭਾਵੇਂ ਉਹਨਾਂ ਦਾ ਦੋਸ਼ ਹੋਵੇ ਨਹੀਂ ਹੋਵੇ, ਇਲਜ਼ਾਮ ਲੱਗਦੇ ਜਿਹੜੇ ਉਹਨਾਂ ਇਲਜ਼ਾਮਾਂ ਦੀ ਸੱਚਾਈ ਤਾਂ ਤੁਹਾਨੂੰ ਜੱਗ ਜਾਹਰ ਕਰਨੀ ਪਊਗੀ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਨਵੈਸਟੀਗੇਸ਼ਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਲੋੜ ਸੀ, ਹਾਲਾਂਕਿ ਤੁਹਾਡੀ ਆਪਣੀ ਗਵਰਨਮੈਂਟ ਸੀ ਜਦੋਂ ਬੇਅਦਬੀਆਂ ਹੁੰਦੀਆਂ ਉਦੋਂ ਤੁਹਾਡੇ ਕੋਲ ਸਮਾਂ ਵੀ ਸੀਗਾ, ਉਹ ਸਮਾਂ ਰਹਿੰਦਿਆਂ ਉੱਥੇ ਕੁਝ ਅਣਗਹਿਲੀਆਂ ਤਾਂ ਹੋਈਆਂ, ਜਾਂਚ ਕਰਕੇ ਦੁੱਧ ਦਾ ਪਾਣੀ ਦਾ ਪਾਣੀ ਕਰ ਸਕਦੇ ਸੀ, ਅੱਜ ਸਵਾਲਾਂ ਦੇ ਜਵਾਬ ਨਾ ਦੇਣੇ ਪੈਂਦੇ। ਪਰ ਤੁਸੀਂ ਠੀਕ ਕਹਿ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੁਝ ਕਹਿਣਾ ਚਾਹ ਰਹੇ। ਬਿਲਕੁਲ ਕੁਝ ਕਹਿਣਾ ਚਾਹ ਰਹੇ, ਕਹਿਣਾ ਤੇ ਉਹ ਤਦ ਵੀ ਚਾਹ ਰਹੇ ਸੀਗੇ ਜਦੋਂ ਭੁੱਲਾਂ ਬਖਸ਼ਾਣ ਵਾਸਤੇ ਉਹ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨ ਗਏ ਸੀਗੇ। ਉਹਦੇ ਵਿੱਚ ਭੁੱਲਾਂ ਕਿਸ ਗੱਲ ਦੀ ਬਖਸ਼ਾਣ ਗਏ ਸੀ ਨਹੀਂ ਦੱਸਿਆ ਸੀਗਾ। ਅੱਜ ਵੀ ਉਹ ਭਾਸ਼ਣ ਦਿੰਦੇ ਨੇ ਤੇ ਕਹਿੰਦੇ ਜੇ ਕਿਤੇ ਮੇਰੇ ਤੋਂ ਕੋਈ ਗਲਤੀਆਂ ਹੋਈਆਂ, ਮੇਰੀ ਗਲਤੀਆਂ ਦੀ ਸਜ਼ਾ ਅਕਾਲੀ ਦਲ ਨੂੰ ਜਾਂ SDPC ਨੂੰ ਨਾ ਦਿਓ। SDPC ਦੇ ਵਿੱਚ ਅੱਜ ਬੀਬੀ ਜਗੀਰ ਕੌਰ ਪ੍ਰਧਾਨ ਹੈ ਤੇ ਕੱਲ੍ਹ ਨੂੰ ਕੋਈ ਹੋਰ ਵੀ ਬਣ ਸਕਦਾ, ਔਰ ਏਦਾਂ ਹੀ ਅਕਾਲੀ ਦਲ ਦੇ ਪ੍ਰਧਾਨ ਮੇਰੇ ਤੋਂ ਪਹਿਲੇ ਵੀ ਬਹੁਤ ਰਹੇ ਨੇ ਔਰ ਮੇਰੇ ਤੋਂ ਬਾਅਦ ਵੀ ਬਹੁਤ ਰਹੇ ਨੇ। ਕਿਸੇ ਨਾ ਕਿਸੇ ਜਗ੍ਹਾ ਉਹ ਉਹਨਾਂ ਗਲਤੀਆਂ ਦੀ ਮਾਫ਼ੀ ਮੰਗਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਗਲਤੀਆਂ ਨੂੰ ਗਿਣਾਏ ਬਗੈਰ। ਦੋ ਚਾਰ ਗਲਤੀਆਂ ਤਾਂ ਸਾਨੂੰ ਪਤਾ ਹੈ, ਲੇਕਿਨ ਇੱਦਾਂ ਦੀ ਬਹੁਤ ਸਾਰੀ ਗਲਤੀਆਂ ਹੈਗੀਆਂ ਜਿਹੜੀ ਬੰਦ ਕਮਰਿਆਂ ਦੇ ਵਿੱਚ ਉਹਨਾਂ ਨੇ ਕਦੀ ਕੀਤੀ ਹੋਣੀ ਹੈ, ਜਿਹਦਾ ਜ਼ਿਕਰ ਅਜੇ ਤੱਕ ਤਾਂ ਨਹੀਂ ਕਿਸੇ ਨੇ ਕੀਤਾ, ਨਾ ਹੀ ਕਿਸੇ ਨੂੰ ਪਤਾ ਹੈ। ਪਰ ਜਿੱਦਾਂ ਕ੍ਰਿਸਚਨੈਲਿਟੀ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਵੀ ਤੁਸੀਂ ਆਪਣਾ ਕਨਫੈਸ਼ਨ ਵਾਸਤੇ ਜਾ ਸਕਦੇ ਹੋ ਤੇ ਮਨ ਦੇ ਅੰਦਰ ਹੀ ਆਪਣੀ ਗੱਲਾਂ ਰੱਖ ਕੇ ਮਾਫ਼ੀ ਮੰਗ ਸਕਦੇ ਹੋ। ਉੱਦਾਂ ਦਾ ਹੀ ਕੁਝ ਸੁਖਬੀਰ ਬਾਦਲ ਉਹਨਾਂ ਵੀ ਕਰਦੇ ਨਜ਼ਰ ਆਏ, ਗਲਤੀਆਂ ਦਾ ਜ਼ਿਕਰ ਕੀਤੇ ਬਗੈਰ ਮਾਫ਼ੀ ਮੰਗਦੇ ਨਜ਼ਰ ਆਏ। ਇਸ ਮਾਫ਼ੀ ਮੰਗਣ ਦੇ ਸਟਾਈਲ ਨੂੰ ਜਿਹੜੀ ਜਨਤਾ ਹੈਗੀ ਹੈ, ਜਿਹੜੀ ਸਿੱਖ ਸੰਗਤ ਹੈਗੀ ਹੈ, ਉਹ ਕਿੰਨਾ ਕੁ ਪ੍ਰਵਾਨ ਕਰਦੀ ਹੈ, ਇਹ ਐਤਕੀ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ। ਔਰ ਪਿਛਲੇ ਇਲੈਕਸ਼ਨ ਦੇ ਵਿੱਚ ਭੁੱਲਾਂ ਬਖਸ਼ਾਈ ਗਈ ਸੀ ਜਾਂ ਨਹੀਂ ਬਖਸ਼ਾਈ ਗਈ ਸੀ, ਉਹ 14 ਸੀਟਾਂ ਤੋਂ ਪਤਾ ਲੱਗ ਗਿਆ ਸੀ ਵੀ ਉਹਨਾਂ ਭੁੱਲਾਂ ਨੂੰ ਲੋਕਾਂ ਨੇ ਬਖਸ਼ਾਇਆ ਨਹੀਂ, ਔਰ ਐਤਕੀ ਉਹ ਗਲਤੀਆਂ ਦੀ ਸਜ਼ਾ ਮਿਲਦੀ ਹੈ ਜਾਂ ਮਾਫ਼ੀ ਮਿਲਦੀ ਹੈ। ਪਰ 2-3 ਮਹੀਨੇ ਰੁਕ ਜਾਓ।
सियासी रूप च, सियासी रूप च वोटां दे रूप च सत्ता मुड़दी है कि नहीं मुड़दी है, बड़े वड्डे सवाल आ, क्योंकि सत्ता लई सारी गेम कर रहे हैं। कौन इन्नी भज नठ करदा है कि हर दिन तुसीं सैकड़े किलोमीटर तय करो और लगातार तुसीं भीड़ां दे विच अपना जिहड़ा निज आ उहनूं पासे रख के, औखा काम आ पोलिटिशन लई, इह सौखा नहीं गा। हजारां लोकां दीआं आशावां ने उहनां ते पूरा उतरना, खरे उतरना, उहनां लई अवेलेबल रहना, इह बड़ा टफ टास्क है। मैनूं तां कई लगदा हुंदा है कि इह ਇਹ ਥੈਂਕਲੈਸ ਜੋਬ ਆ, ਜਿਹਦੇ ਚ ਲੋਕ 10 ਕੰਮ ਕਰਵਾ ਕੇ 11ਵਾਂ ਨਹੀਂ ਹੋਵੇ ਤੇ ਰੁੱਸ ਜਾਂਦੇ ਆ। ਪਰ ਮੈਂ ਹੁਣ ਤੁਹਾਡੇ ਕੋਲੋਂ ਇਹ ਸਵਾਲ ਜਾਂਦੇ ਜਾਂਦੇ ਪੁੱਛਣਾ ਹੈ ਕਿ ਜਦੋਂ ਬੀਜੇਪੀ ਦਾ ਵਫਦ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਸੀ, ਮੰਗਾਂ 3 ਸੀ। ਪਹਿਲੀ ਮੰਗ ਮੰਨੀ ਗਈ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ, ਮੁਬਾਰਕ ਸਭ ਨੂੰ। ਲੇਕਿਨ ਕੀ ਕਿਸਾਨੀ ਮਾਮਲੇ ਵੀ ਹੱਲ ਹੋ ਜਾਣਗੇ? ਕਿਉਂਕਿ ਬੀਜੇਪੀ ਦੇ ਇਸ ਵਫਦ ਨੇ ਪੰਜਾਬ ਦੀ ਚੋਣਾਵੀ ਰਾਜਨੀਤੀ 'ਚ ਸਪੇਸ ਬਣਾਉਣ ਲਈ, ਪੈਰ ਧਰਨ ਜੋਗੀ ਜਗ੍ਹਾ ਲੱਭਣ ਲਈ ਆਪਣਾ ਕੰਮ ਸ਼ੁਰੂ ਕੀਤਾ, ਉਹਦੀ ਸ਼ੁਰੂਆਤ ਹੋ ਗਈ ਆ। ਜਿਹੜਾ ਮਰਜ਼ੀ ਕ੍ਰੈਡਿਟ ਮੰਗੀ ਜਾਵੇ, ਪਰ ਬੀਜੇਪੀ ਨੇ ਆਪਣੀ ਚੋਣ ਰਣਨੀਤੀ ਦਾ ਬਿਗਲ ਵਜਾਤਾ, ਲਾਂਘਾ ਖੋਲਤਾ। ਕਿਸਾਨੀ ਮਸਲਿਆਂ ਦੇ ਉੱਤੇ ਕਿੰਨੀ ਕੁ ਤੇਜ਼ੀ ਨਾਲ ਗੱਲ ਅੱਗੇ ਵਧੂਗੀ, ਇਹ ਬੜਾ ਵੱਡਾ ਸਵਾਲ ਆ। ਇਹਨੂੰ ਐਡਰੈਸ ਕੀਤਾ ਜਾਊਗਾ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ, ਜਾਂ ਸਿਰਫ ਬੀਜੇਪੀ ਆਪਣੇ ਬਲਬੂਤੇ ਤੇ ਆਪ ਕ੍ਰੈਡਿਟ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਨਾਲ ਵਰਤਣ ਲਈ ਅੱਗੇ ਵਧਾਊਗੀ? ਦੇਖੋ, ਅੱਜ ਦਾ ਜਿਹੜਾ ਭਾਜਪਾ ਦਾ ਫੈਸਲਾ ਹੈਗਾ ਲਾਂਘੇ ਨੂੰ ਖੋਲਣ ਦਾ, ਉਹਦੀ ਹਰ ਵਿਅਕਤੀ ਨੇ, ਹਰ ਪੰਜਾਬੀ ਨੇ ਉਹਦੀ ਤਾਰੀਫ ਕੀਤੀ ਹੈ, ਉਹਦਾ ਸਵਾਗਤ ਕੀਤਾ ਹੈ। ਉਸ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ਦਾ ਵੀ ਕੋਈ ਯੂਨੈਨੀਮਸਲੀ ਹੱਲ ਲੱਭਣ ਦੇ ਵਿੱਚ ਉਹ ਕਾਮਯਾਬ ਹੁੰਦੇ ਨੇ ਅਤੇ ਲੋਕ ਇਸ ਗੱਲ ਨੂੰ ਵੀ ਲਾਈਕ ਕਰਨਗੇ। ਪਰ ਇਹਨਾਂ ਸਾਰੀ ਗੱਲਾਂ ਦਾ ਭਾਜਪਾ ਨੂੰ ਚੋਣਾਂ ਦੇ ਵਿੱਚ ਕਿੰਨਾ ਕੁ ਫਾਇਦਾ ਹੋਏਗਾ, ਇਹਦੇ ਬਾਰੇ ਤਾਂ ਕੁਝ ਕਹਿਣਾ ਹਜੇ ਜਲਦੀ ਹੋਏਗੀ। ਕਾਰਨ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਉਹ ਵੀ ਸਹਿਰਾ ਬੰਨ੍ਹ ਕੇ ਬੈਠੇ ਸੀਗੇ, ਕਿਉਂਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹੀ ਘੱਟ ਤੋਂ ਘੱਟ 4-5 ਮਹੀਨੇ ਪਹਿਲੇ ਆਹ ਗੱਲ ਕਹਿਤੀ ਸੀ ਕਿ ਅੱਗੇ ਚੱਲ ਕੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਨਜ਼ਰ ਆ ਸਕਦੇ ਨੇ। ਔਰ ਉਹ ਆਏ ਵੀ, ਹਜੇ ਪੂਰੇ ਤਰੀਕੇ 'ਤੇ ਨਹੀਂ ਆਏ, ਪਰ ਉਹਨਾਂ ਨੇ ਕਹਿ ਦਿੱਤਾ ਕਿ ਸੀਟ ਐਡਜਸਟਮੈਂਟ ਉਹਨਾਂ ਦੀ ਨਵੀਂ ਪਾਰਟੀ ਦੀ ਭਾਜਪਾ ਨਾਲ ਹੋਏਗੀ। ਕਿ ਉਹ ਜਿਹੜਾ ਸਹਿਰਾ ਮੰਗਵਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਸਾਨੀ ਜਿਹੜੇ ਸੰਘਰਸ਼ ਦੇ ਸਲਿਊਸ਼ਨ ਕਰਕੇ ਆਪਣੇ ਸਿਰ 'ਤੇ ਪਾਉਣਾ ਸੀਗਾ ਜਾਂ ਬੰਨ੍ਹਣਾ ਸੀਗਾ, ਉਹ ਬੰਨਿਆ ਜਾਏਗਾ? ਲੱਗਦਾ ਨਹੀਂ, ਕਿਉਂਕਿ ਭਾਜਪਾ ਹੁਣ ਸਹਿਰਾ ਆਪਣੇ ਸਿਰ 'ਤੇ ਹੀ ਬੰਨ੍ਹਣ ਵਾਸਤੇ ਤਿਆਰ ਹੈ। ਔਰ ਕਿਸਾਨੀ ਸੰਘਰਸ਼ ਦੇ ਉੱਤੇ ਗੱਲਬਾਤ ਬੜੀ ਤੇਜ਼ੀ ਨਾਲ ਚੱਲ ਰਹੀ ਹੈ, ਉਹਦੇ ਸਲਿਊਸ਼ਨ ਦੇ ਵਿੱਚ ਕਾਫੀ ਲੋਕਾਂ ਨਾਲ ਗੱਲਬਾਤ ਵੀ ਹੋ ਚੁੱਕੀ ਹੈ। ਔਰ ਜਿਹੜੇ ਮਾਡਲ ਕਾਨੂੰਨ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਅਗਰ 32-40 ਯੂਨੀਅਨ ਹੈਗੀਆਂ, ਉਹਦੇ ਵਿੱਚੋਂ ਅੱਧੀ ਤੋਂ ਵੱਧ ਯੂਨੀਅਨ ਰਾਜੀ ਵੀ ਹੋ ਚੁੱਕੀ ਹੈ। ਹੁਣ ਉਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਦੇ ਉੱਤੇ ਸੰਯੁਕਤ ਰਹਿੰਦਾ ਕਿ ਨਹੀਂ ਰਹਿੰਦਾ, ਇਹ ਦੇਖਣ ਵਾਲੀ ਗੱਲ ਹੈਗੀ ਹੈ। 27 ਤਰੀਕ ਦਾ ਸਾਲ ਪੂਰਾ ਹੋ ਜਾਏਗਾ, 27 ਤਰੀਕ ਨੂੰ, ਉਸ ਤੋਂ ਪਹਿਲੇ ਕੋਈ ਸਮਝੌਤਾ ਹੁੰਦਾ ਹੈ ਜਾਂ ਫਿਰ ਇਹ ਸੰਘਰਸ਼ ਲੰਬਾ ਚੱਲਦਾ ਹੈ? ਕਿਉਂਕਿ ਭਾਜਪਾ ਵੀ ਚਾਹੁੰਦੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਸ ਸੰਘਰਸ਼ ਦਾ ਸੋਲੂਸ਼ਨ ਹੋ ਜਾਏ, ਔਰ ਲੋਕ ਕਿਸਾਨ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਉਹ ਆਪਣੇ ਆਪਣੇ ਘਰ ਸ਼ਾਂਤੀ ਨਾਲ ਜਾਣ, ਅਤੇ ਤਾਂ ਕਿ 2024 ਦੇ ਵਿੱਚ, ਉਸ ਤੋਂ ਪਹਿਲੇ 2022 ਦੇ ਵਿੱਚ ਸਾਨੂੰ UP ਦੇ ਵਿੱਚ ਔਰ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਦੇ ਵਿੱਚ ਕੋਈ ਬਹੁਤੀ ਪਰੇਸ਼ਾਨੀ ਨਾ ਆਏ, ਇਹ ਭਾਜਪਾ ਦੀ ਇੱਕ ਇੱਛਾ ਜ਼ਰੂਰ ਹੈਗੀ। ਭਾਸਕਰ ਸਾਹਿਬ, ਪੰਜਾਬ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ, ਏਜੰਡਾ ਕੀ ਹੈ, ਕਿੰਨਾ ਪ੍ਰਮੁੱਖ ਮਾਮਲਿਆਂ ਦੇ ਉੱਤੇ ਗੱਲ ਅੱਗੇ ਵਧਣੀ ਹੈ, ਕੀ ਨਵੇਂ ਐਡਵੋਕੇਟ ਜਨਰਲ ਮਿਲ ਜਾਣਗੇ ਅੱਜ, ਕੁਝ ਪ੍ਰਵਾਨਗੀਆਂ ਹੋਰ ਹੋ ਸਕਦੀਆਂ, ਕੁਝ ਰਾਤਾਂ ਵੀ ਮਿਲ ਸਕਦੀਆਂ, ਕੁਝ ਵੱਡੇ ਫੈਸਲੇ ਹੋ ਸਕਦੇ ਆ, ਇਹਨਾਂ ਦੇ ਉੱਤੇ ਨਜ਼ਰ ਬਣੀ ਰਹੇਗੀ। ਔਰ ਜੇਕਰ ਅਸੀਂ ਇਹਨਾਂ ਦੇ ਉੱਤੇ ਕੋਈ ਕਰਨਯੋਗ ਗੱਲ ਹੋਈ, ਟਿੱਪਣੀ ਜ਼ਰੂਰੀ ਹੋਈ, ਤਾਂ ਇੱਕ ਵਾਰੀ ਫਿਰ ਮਿਲਦੇ ਹਾਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।